ਸਤਿ ਅਕਾਲ ਜੀ ਮੈਂ ਕੁਲਵਿੰਦਰ ਸਿੰਘ ਸਵਾਗਤ ਕਰਦਾ ਤੁਹਾਡਾ ਗਿੱਲ ਸਮਾਰਟ ਸਟੱਡੀ ਦੇ ਉੱਪਰ ਸੋ ਆਪਾਂ ਐਂਸ਼ੀਅੰਟ ਹਿਸਟਰੀ ਦਾ ਟੌਪਿਕ ਵੈਦਿਕ ਸਭਿਅਤਾ ਸੀ ਜੋ ਉਸ ਨੂੰ ਪੜ੍ਹ ਰਹੇ ਸੀਗੇ ਵੈਦਿਕ ਸਭਿਅਤਾ ਨੂੰ ਆਪਾਂ ਦੋ ਮੁੱਖ ਭਾਗਾਂ ਦੇ ਵਿੱਚ ਵੰਡਿਆ ਸੀਗਾ ਸੋ ਜੋ ਸਭ ਤੋਂ ਪਹਿਲਾ ਭਾਗ ਸੀ ਉਹ ਸੀ ਆਪਣੇ ਕੋਲੇ ਪੂਰਵ ਵੈਦਿਕ ਕਾਲ ਔਰ ਜੋ ਸੈਕੰਡ ਸੀ ਉਹ ਆਪਣੇ ਕੋਲੇ ਉਹ ਸੀ ਉੱਤਰ ਵੈਦਿਕ ਕਾਲ ਸੋ ਪੂਰਵ ਵੈਦਿਕ ਕਾਲ ਦੇ ਬਾਰੇ ਆਪਾਂ ਪਿਛਲੀ ਕਲਾਸ ਦੇ ਵਿੱਚ ਪੜ੍ਹ ਚੁੱਕੇ ਹਾਂ ਸੋ ਅੱਜ ਆਪਾਂ ਪੜ੍ਹਨਾ ਹੈਗਾ ਉੱਤਰ ਵੈਦਿਕ ਕਾਲ ਦੇ ਬਾਰੇ ਸੋ ਉੱਤਰ ਵੈਦਿਕ ਕਾਲ ਦੇ ਵਿੱਚ ਜੋ ਲੋਕ ਸੀ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀਗਾ ਉਹ ਲੋਕ ਕਿੰਨਾ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਔਰ ਉਹਨਾਂ ਦੀ ਜੋ ਠੀਕ ਹੈ ਕਮਾਈ ਦਾ ਸੋਰਸ ਕੀ ਸੀਗਾ ਔਰ ਉਹ ਕਮਾਈ ਕਿਸ ਤਰ੍ਹਾਂ ਕਰਦੇ ਸੀਗੇ ਔਰ ਉਹਨਾਂ ਦਾ ਰਾਜਨੀਤਿਕ ਜੀਵਨ ਕਿਸ ਤਰ੍ਹਾਂ ਦਾ ਸੀਗਾ ਉਹ ਸਾਰਾ ਕੁਝ ਆਪਾਂ ਅੱਜ ਦੀ ਕਲਾਸ ਦੇ ਵਿੱਚ ਜਾਣਾਂਗੇ ਸੋ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਠੀਕ ਹੈ ਉੱਤਰ ਵੈਦਿਕ ਕਾਲ ਦੇ ਲੋਕਾਂ ਦਾ ਜੋ ਰਾਜਨੀਤਿਕ ਵਿਵਸਥਾ ਸੀਗੀ ਉਹ ਕਿਸ ਤਰ੍ਹਾਂ ਦੀ ਸੀਗੀ ਸੋ ਰਾਜਨੀਤਿਕ ਵਿਵਸਥਾ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਗਾ ਕਬੀਲਾਈ ਢਾਂਚਾ ਜੋ ਇਹ ਕਬੀਲਾਈ ਢਾਂਚਾ ਸੀਗਾ ਇਹ ਇੱਥੇ ਆ ਕੇ ਕੀ ਹੋ ਗਿਆ ਸੀ ਬਿਲਕੁਲ ਟੁੱਟ ਗਿਆ ਸੀਗਾ ਆਪਾਂ ਪਿਛਲੀ ਕਲਾਸ ਦੇ ਵਿੱਚ ਜਾਣਿਆ ਸੀਗਾ ਕਿ ਪੂਰਵ ਵੈਦਿਕ ਕਾਲ ਦੇ ਵਿੱਚ ਠੀਕ ਹੈ ਲੋਕ ਕਬੀਲੇ ਬਣਾ ਕੇ ਰਹਿੰਦੇ ਸੀਗੇ ਪਰ ਇੱਥੇ ਆ ਕੇ ਕੀ ਹੁੰਦਾ ਗਾ ਇੱਥੇ ਆ ਕੇ ਹੁੰਦਾ ਗਾ ਕਿ ਇਹ ਕਬੀਲਾਈ ਢਾਂਚਾ ਕੀ ਹੋ ਜਾਂਦਾ ਹੈ ਟੁੱਟ ਜਾਂਦਾ ਗਾ ਇਹ ਕਬੀਲਾਈ ਢਾਂਚਾ ਟੁੱਟਦਾ ਕਿਉਂ ਹੈ ਕਿਉਂਕਿ ਇੱਥੇ ਖੇਤਰੀ ਰਾਜਾਂ ਦਾ ਜਨਮ ਹੋਣਾ ਸ਼ੁਰੂ ਹੋ ਜਾਂਦਾ ਗਾ ਔਰ ਇਹ ਕਬੀਲੇ ਨੇ ਜੋ ਇਹ ਬਿਲਕੁਲ ਖਤਮ ਹੋਣ ਲੱਗ ਜਾਂਦੇ ਨੇ ਸੋ ਉਸੇ ਤਰ੍ਹਾਂ ਹੀ ਜੋ ਖੇਤਰੀ ਰਾਜ ਸੀਗੇ ਉਹ ਕਬੀਲਿਆਂ ਦੇ ਨਾਲ ਮਿਲ ਕੇ ਠੀਕ ਹੈ ਮਿਲਣੇ ਸ਼ੁਰੂ ਹੋ ਜਾਂਦੇ ਨੇਗੇ ਜਦੋਂ ਇਹ ਮਿਲਣੇ ਸ਼ੁਰੂ ਹੁੰਦੇ ਨੇਗੇ ਤਾਂ ਕੀ ਹੁੰਦਾ ਗਾ ਤਾਂ ਜਿਹੜੇ ਪੁਰੂ ਅਤੇ ਭਾਰਤ ਸੀਗੇ ਠੀਕ ਹੈ ਪੁਰੂ ਅਤੇ ਭਾਰਤ ਮਿਲ ਕੇ ਕੀ ਬਣਾਉਂਦੇ ਨੇਗੇ ਕੁਰੂ ਬਣਾਉਂਦੇ ਨੇ ਸੋ ਜੋ ਕਬੀਲੇ ਸੀਗੇ ਜਦੋਂ ਉਹਨਾਂ ਦਾ ਮਿਲਣਾ ਖੇਤਰੀ ਰਾਜਾਂ ਨਾਲ ਸਟਾਰਟ ਹੋਇਆ ਤਾਂ ਜਿਹੜੇ ਪੁਰੂ ਅਤੇ ਭਾਰਤ ਸੀਗੇ ਉਹਨਾਂ ਨੇ ਮਿਲ ਕੇ ਕੀ ਬਣਾਇਆ ਕੁਰੂ ਬਣਾਇਆ ਸੋ ਇਸੇ ਤਰ੍ਹਾਂ ਹੀ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਪੰਚਾਲ ਵੀ ਆਪਾਂ ਤੋਂ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਨਾ ਵੀ ਪੰਚਾਲ ਕਿਸ ਤਰ੍ਹਾਂ ਬਣੇ ਪੰਚਾਲ ਬਣੇ ਸੀ ਜੀ ਆਪਣੇ ਕੋਲ ਤੁਰਵਸ਼ ਅਤੇ ਕਰੀਵੀ ਨੂੰ ਮਿਲਾ ਕੇ ਬਣੇ ਸੀ ਪੰਚਾਲ ਸੋ ਇਸੇ ਤਰ੍ਹਾਂ ਹੀ ਆਪਾਂ ਪਿਛਲੀ ਕਲਾਸ ਦੇ ਵਿੱਚ ਦੇਖਿਆ ਸੀ ਕਿ ਜੋ ਪੂਰਵ ਵੈਦਿਕ ਕਾਲ ਦੇ ਲੋਕ ਸੀ ਠੀਕ ਹੈ ਉਹ ਕੀ ਸੀਗਾ ਉਹਨਾਂ ਦੇ ਵਿੱਚ ਆਪਾਂ ਜਨ ਸ਼ਬਦ ਦਾ ਇੱਕ ਪ੍ਰਯੋਗ ਕੀਤਾ ਸੀ ਕਿ ਜੋ ਕਬੀਲੇ ਸੀ ਉਹ ਮਿਲ ਕੇ ਕੀ ਕਰਦੇ ਸੀ ਜਨ ਦਾ ਨਿਰਮਾਣ ਕਰਦੇ ਸੀਗੇ ਪਰ ਇੱਥੇ ਆ ਕੇ ਕੀ ਹੁੰਦਾ ਗਾ ਇੱਥੇ ਆ ਕੇ ਹੁੰਦਾ ਗਾ ਕਿ ਇਹ ਜਨ ਤੋਂ ਕੀ ਬਦਲ ਜਨ ਤੋਂ ਜਨਪਦ ਦੇ ਵਿੱਚ ਬਦਲ ਜਾਂਦੇ ਨੇ ਸੋ ਇਹ ਬਦਲੇ ਜਨ ਸੀਗਾ ਉਹ ਬਿਲਕੁਲ ਛੋਟਾ ਸੀਗਾ ਪਰ ਇੱਥੇ ਆ ਕੇ ਜਦੋਂ ਇਹ ਜਨਪਦ ਬਣਿਆ ਤਾਂ ਇਹ ਕੀ ਹੋ ਗਿਆ ਇਹਨਾਂ ਦਾ ਦਾਇਰਾ ਵੱਡਾ ਹੋ ਗਿਆ ਸੋ ਆਪਾਂ ਇਸੇ ਤਰ੍ਹਾਂ ਹੀ ਦੇਖਦੇ ਹਾਂ ਕਿ ਜਦੋਂ ਜਨਪਦ ਠੀਕ ਹੈ ਜਨਪਦ ਦੇ ਵਿੱਚ ਆ ਕੇ ਖੇਤਰੀ ਰਾਜ ਮਿਲਦੇ ਨੇਗੇ ਤਾਂ ਇਹਨਾਂ ਦਾ ਦਾਇਰਾ ਵੱਡਾ ਹੁੰਦਾ ਗਾ ਆਪਾਂ ਪੂਰਵ ਵੈਦਿਕ ਕਾਲ ਦੇ ਵਿੱਚ ਇੱਕ ਹੋਰ ਗੱਲ ਪੜ੍ਹੀ ਸੀ ਕਿ ਜੋ ਰਾਜਾ ਸੀਗਾ ਉਹ ਇੰਨਾ ਸ਼ਕਤੀਸ਼ਾਲੀ ਨਹੀਂ ਸੀਗਾ ਸ਼ਕਤੀਸ਼ਾਲੀ ਕਿਉਂ ਨਹੀਂ ਸੀ ਕਿਉਂਕਿ ਉਸ ਕੋਲ ਟੈਕਸ ਵਸੂਲਣ ਦਾ ਕੋਈ ਪ੍ਰਮੁੱਖ ਸਾਧਨ ਨਹੀਂ ਸੀਗਾ ਠੀਕ ਹੈ ਪਰ ਇੱਥੇ ਆ ਕੇ ਕੀ ਹੁੰਦਾ ਇੱਥੇ ਆ ਕੇ ਜੋ ਰਾਜਾ ਗਾ ਉਹ ਸ਼ਕਤੀਸ਼ਾਲੀ ਹੋ ਜਾਂਦਾ ਗਾ ਸ਼ਕਤੀਸ਼ਾਲੀ ਕਿਉਂ ਹੁੰਦਾ ਗਾ ਕਿਉਂਕਿ ਖੇਤਰੀ ਰਾਜਾਂ ਦਾ ਠੀਕ ਹੈ ਕਬੀਲਿਆਂ ਨਾਲ ਮਿਲਣਾ ਸ਼ੁਰੂ ਹੋ ਜਾਂਦਾ ਇਸੇ ਤਰ੍ਹਾਂ ਇਸੇ ਕਰਕੇ ਹੀ ਰਾਜਾ ਕੀ ਹੋ ਜਾਂਦਾ ਹੈ ਸ਼ਕਤੀਸ਼ਾਲੀ ਹੋ ਜਾਂਦਾ ਗਾ ਸੋ ਇਸੇ ਟਾਈਮ ਦੇ ਵਿੱਚ ਹੀ ਉੱਤਰ ਵੈਦਿਕ ਕਾਲ ਦੇ ਵਿੱਚ ਹੀ ਠੀਕ ਹੈ ਆਪਣੇ ਕੋਲ ਰਾਸ਼ਟਰ ਸ਼ਬਦ ਦਾ ਜੋ ਜਨਮ ਹੈਗਾ ਉਹ ਵੀ ਹੁੰਦਾ ਗਾ ਆਪਾਂ ਨੂੰ ਰਾਸ਼ਟਰ ਸ਼ਬਦ ਠੀਕ ਹੈ ਸਭ ਤੋਂ ਪਹਿਲਾਂ ਉੱਤਰ ਵੈਦਿਕ ਕਾਲ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਗਾ ਸੋ ਇਹ ਵੀ ਆਪਾਂ ਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਗਾ ਉਸੇ ਤਰ੍ਹਾਂ ਹੀ ਆਪਾਂ ਗੱਲ ਕਰੀ ਸੀ ਰਤਨਨ ਦੀ ਰਤਨਨ ਪੜ੍ਹਿਆ ਸੀ ਆਪਾਂ ਪੂਰਵ ਵੈਦਿਕ ਕਾਲ ਦੇ ਵਿੱਚ ਕਿ ਜੋ ਰਾਜਾ ਸੀਗਾ ਉਸਦੀ ਠੀਕ ਹੈ ਸੇਵਾ ਦੇ ਲਈ ਠੀਕ ਹੈ ਉਸਦੀ ਹੈਲਪ ਦੇ ਲਈ ਕੀ ਰੱਖੇ ਗਏ ਸੀਗੇ ਆਪਣੇ ਕੋਲ ਕੁਛ ਅਧਿਕਾਰੀ ਰੱਖੇ ਗਏ ਸੀ ਜਿਨ੍ਹਾਂ ਨੂੰ ਕੀ ਆਖਿਆ ਜਾਂਦਾ ਸੀ ਰਤਨਨ ਆਖਿਆ ਜਾਂਦਾ ਸੀਗਾ ਹੁਣ ਇਹ ਰਤਨਨ ਇੱਥੇ ਆ ਕੇ ਕੀ ਹੁੰਦਾ ਗਾ ਇੱਥੇ ਆ ਕੇ ਇਹਨਾਂ ਰਤਨਨ ਦੀ ਗਿਣਤੀ ਦੇ ਵਿੱਚ ਵਾਧਾ ਹੋ ਜਾਂਦਾ ਭਾਵ ਇਨਕਰੀਜ਼ ਹੋ ਜਾਂਦੀ ਹੈ ਇਹਨਾਂ ਦੀ ਗਿਣਤੀ ਕਿੰਨੀ ਹੋ ਜਾਂਦੀ ਹੈ 17 ਹੋ ਜਾਂਦੀ ਹੈਗੀ ਸੋ ਉਸੇ ਤਰ੍ਹਾਂ ਹੀ ਆਪਣੇ ਕੋਲ ਅੱਗੇ ਕੁਛ ਅਧਿਕਾਰੀ ਇਸ ਦੇ ਵਿੱਚ ਹੋਰ ਵੀ ਐਡ ਹੁੰਦੇ ਨੇ ਸੋ ਉਹ ਅਧਿਕਾਰੀ ਕਿਹੜੇ ਨੇਗੇ ਉਹ ਅਧਿਕਾਰੀਆਂ ਦੇ ਵਿੱਚ ਆਉਂਦੇ ਨੇ ਜੀ ਆਪਣੇ ਕੋਲ ਸਤਪਤੀ ਅਰੇ ਅਤੇ ਸਤਪਤੀ ਸੋ ਜੋ ਇਹ ਅਧਿਕਾਰੀ ਸੀਗੇ ਇਹ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਵੀ ਸਤਪਤੀ ਕੌਣ ਸੀ ਠੀਕ ਹੈ ਉਸਦਾ ਰਾਜ ਉਹ ਕਿਸਦਾ ਅਧਿਕਾਰੀ ਮੰਨਿਆ ਜਾਂਦਾ ਗਾ ਔਰ ਜੋ ਸਤਪਤੀ ਸੀ ਉਹ ਕਿਹਦਾ ਅਧਿਕਾਰੀ ਸੀਗਾ ਜੋ ਸਤਪਤੀ ਸੀਗਾ ਇਹ ਆਪਣੇ ਕੋਲ ਸੀਮਾ ਪ੍ਰਾਂਤ ਦਾ ਅਧਿਕਾਰੀ ਸੀਗਾ ਠੀਕ ਹੈ ਇਹ ਗੱਲ ਯਾਦ ਰੱਖਣੀ ਹੈ ਇਹ ਸੀਮਾ ਪ੍ਰਾਂਤ ਦਾ ਕੀ ਸੀਗਾ ਅਧਿਕਾਰੀ ਸੀਗਾ ਇਸਦਾ ਅਧਿਕਾਰ ਸੀਮਾ ਦੇ ਉੱਪਰ ਹੈਗਾ ਸੀ ਸੋ ਉਸੇ ਤਰ੍ਹਾਂ ਹੀ ਆਪਣੇ ਕੋਲ ਹੈਗਾ ਅੱਗੇ ਛਤਪਤੀ ਹੁਣ ਜੋ ਛਤਪਤੀ ਸੀਗਾ ਇਹ ਕੌਣ ਸੀਗਾ ਇਸਦਾ ਅਧਿਕਾਰ ਕਿੱਥੇ ਸੀਗਾ ਇਸਦਾ ਅਧਿਕਾਰ ਸੀਗਾ ਠੀਕ ਹੈ ਜੋ 100 ਪਿੰਡਾਂ ਦਾ ਸਮੂਹ ਸੀਗਾ 100 ਪਿੰਡਾਂ ਦੇ ਸਮੂਹ ਉੱਪਰ ਜਿਸਦਾ ਅਧਿਕਾਰ ਹੁੰਦਾ ਸੀ ਉਸਨੂੰ ਆਖਿਆ ਜਾਂਦਾ ਸੀ ਛਤਪਤੀ ਸੋ ਇਹ ਸੀਗਾ ਸਤਪਤੀ ਅਤੇ ਸਤਪਤੀ ਵਿੱਚ ਡਿਫਰੈਂਸ ਇਹ ਯਾਦ ਰੱਖਿਓ
कि जो सतपति है वह सीमा प्रांत का अधिकारी हुंदा सीगा और जो सतपति है वह 100 पिंडां दा जो समूह सीगा ठीक है उसका अधिकारी मनिया जाता सीगा। सो इस तरह ही आपां गल करदे आं आर्थिक व्यवस्था की कि इन्हां लोकां दी आर्थिक व्यवस्था किस तरह की सी, एक किस तरह अपनी रोजी रोटी कमाउंदे सीगे ठीक है और किस तरह इन्हां दी आमदनी का जो स्रोत सीगा वह की सीगा। सो इस दे विच आपां देखदे आं कि सब तो पहलां तां आपां पढ़िया सीगा कि जो अपना पूर्व वैदिकाल है उस दे विच लोहे का प्रयोग शुरू हो गया सीगा, पर इत्थे आ के की हुंदा गा, इत्थे आ के उत्तर प्रदेश पंजाब राजस्थान सो ये जो तीन प्रमुख स्टेटा ने गियां इत्थे आ के लोहे का जो प्रयोग है वह बहुत हद तक वध जांदा गा। हद तक क्यों वधदा गा, क्योंकि ये लोहे का प्रयोग खेतीबाड़ी के संदां की वरतों में आने लग जांदा। ये लोग की करदे सीगे, इत्थों दे लोग ठीक है खेतीबाड़ी के लिए जो संद बनाते सीगे उस दे विच लोहे का प्रयोग करन लग गए। हुण आपां नूं अगे एक क्वेश्चन बनता है कि इन्हां लोकां दा जो प्रमुख धंधा सीगा वह की सीगा, इन्हां लोकां दा जो प्रमुख धंधा सीगा वह मन्निया जांदा जी खेतीबाड़ी। सो इन्हां लोकां दा प्रमुख धंधा सी खेतीबाड़ी, बट आपां पढ़िया सी पूर्व वैदिक काल दे विच जो उन्हां लोकां दा प्रमुख धंधा सीगा उन्हां दा सीगा पशु पालन। उस टाइम वह पशु पालदे सीगे, पर इत्थे आके की हुंदा गा, इत्थे आके लोग खेतीबाड़ी ते निर्भर हो जांदे ने। जिथे वह लोग पहला पूर्व वैदिक काल दे विच गावां लई युद्ध करदे सीगे उत्थे उसे तरह ही इत्थे आके वह जमीनां लई ठीक है आपस दे विच लड़न लग जांदे नेगे। सो इस तरह ही अपने कोल एक क्वेश्चन पेपर दे विच होर पुछया जांदा गा काठक संहिता बारे, काठक संहिता ठीक है इस दे बारे पुछया जांदा गा। इस दे विच 24 वलदां दा जिक्र होया गा, 24 वलदां दे हाल दा ठीक है जो जिक्र हैगा वह आपां नूं काठक संहिता दे विच देखण नूं मिलदा गा। हुण जदों आपां नूं काठक संहिता तों 24 वलदां दे ठीक है बलदां दा जिक्र मिलिया गा, इत्थों ही आपां नूं प्रमाण मिलिया गा कि जो ये लोग सीगे ये लोग की सीगे खेतीबाड़ी नूं खेतीबाड़ी करन लग गए, भाव जो आपकी आमदन सीगा उस आमदन का साधन किसनों बना लिया इन्होंने खेतीबाड़ी नूं बना लिया। सो उस तरह ही आप देखते हैं कि जो ये लोग सीगे इन्हां लोगों का जो दूजा प्रमुख धंधा सीगा वह की सीगा, एक तो यह खेतीबाड़ी तो अपनी आमदन ठीक है कमाते सीगे, सो कोई होर धंधा भी हुंदा जो नाल दा हुंदा गा ठीक है सहायक धंधा हुंदा गा। सो उस तरह ही इन्हां दा जो दूजा मुख धंधा सीगा वह सीगा जी इन्हां दा पशु पालन। ये लोग पशु भी पालते सीगे खेतीबाड़ी के नाल नाल ये लोगों ने पशु पालना भी शुरू किया सीगा जो कि आपां पूर्व वैदिक काल तो ही देखते आ रहे हैं। सो उस तरह ही जो पूर्व वैदिक काल के लोग सीगे आपां पढ़िया गा कि वह लोग वह सभ्यता सी जो वह ज़्यादातर पिंडां दे लोग सीगे है ना, पर इत्थे आके आपां नूं नगरां दा उलेख भी मिलता गा। सो ये वो किहड़े नगर ने जिन्हां दा उलेख आपां नूं इस काल दे विच मिलता गा, वह हैगे ने जी अपने कोल हस्तिनापुर, हस्तिनापुर ते कौशाम्बी, ये दो नगर ने जिन्हां दा आपां नूं ठीक है उलेख आपां नूं उत्तर वैदिक काल दे विच देखण नूं मिलदा गा। सो इस तरह ही आपां अगे गल करदे आं इन्हां दे समाजिक जीवन की, इन्हां लोकां दा जो समाजिक जीवन सी वह किस तरह का सीगा, ये समाज विच किस तरह विचरदे सीगे। सो इन्हां दा जो समाजिक जीवन सीगा वो सब तो पहला देखो आपां देखते हैं वह कादे आधारित सीगा, वर्ण व्यवस्था से, वर्ण व्यवस्था के आधारित सीगा जो आपां पूर्व वैदिक काल दे विच पढ़िया उत्थे वर्ण व्यवस्था कर्म आधारित सी, पर इत्थे आके की हो जाती है, इत्थे आके वह हो जाती है अपने कोले जन्म आधारित। वर्ण व्यवस्था जन्म आधारित भी हो जाती है नाल दे नाल कठोर भी हो जाती है। कठोर क्यों हो जाती है, क्योंकि जो पूर्व वैदिक काल दे लोग सीगे ठीक है वह उन्हां दी जो वह जिवें काम करते उवें दी उन्हां दी वर्ण व्यवस्था सी ठीक है, बट इत्थे आके जिवें जिथे भी कोई जन्म लैंदा ठीक है उस तरह ही उसनूं उस जात विच शामिल कर लिया जांदा सीगा। सो उस तरह ही आपां देखदे आं कि आरिया लोग सीगे जो इस काल दे विच आके तीन प्रमुख जातां दे विच की हो जांदे ने, चार प्रमुख जातां दे विच की हो जांदे ने वंडे जांदे नेगे। सो वह चार प्रमुख जातां किहड़ियां सीगियां, वह सी सब तो पहला ब्राह्मण, फिर सी क्षत्री, फिर सी वैश्या ते फिर सी शूद्र। हुण जो ब्राह्मण सी इन्हां दी ठीक है इन्हां नूं उच्च लोक मन्निया जांदा सीगा, जो ब्राह्मण सी ठीक है ये उच्च लोक सीगे। उस तो बाद की आ जांदे ने, उस तो बाद जिहड़े वड्डे लोक आ जांदे ने वह आ जांदे ने क्षत्री। सो क्षत्री तो बाद जिहड़े वड्डे लोक आ जांदे ने वह आ जांदे ने वैश्या, और जो सब तो नीचे आ जांदे ने वह आ जांदे ने शूद्र। सो ये चार प्रमुख जातां सी इन्हां दीआं ठीक है, आरिया इन्हां चार प्रमुख जातां दे विच वंडे गए सीगे।
ब्राह्मण सब तो उपर सीगे और जो शूद्र सीगे वो सब तो नीचे सीगे। सो उस तरह ही आप अगे गल करते हैं, आप पढ़ते हैं है ना अपने तीन आश्रम ने जिहड़े। सो इन तीन आश्रमों आप देखते हैं भी इन तीन आश्रमों की जो रचना हैगी किस टाइम के होंगी हैगी। इन तीन आश्रमों की जो रचना हैगी अपनी उत्तर वैदिक काल के होंगी है। सो सब तो पहला अपने को आ जाता है ब्रह्माचारी आश्रम, फिर आ जाता है गृहस्थ आश्रम, फिर आ जाता है वानप्रस्थ आश्रम। हुण जिहड़ा ब्रह्माचारी आश्रम सीगा इत्थे की हुंदा सीगा, ब्रह्माचारिया दे विच जदों मनुख जन्म लैंदा सीगा, ठीक है, जन्म लैण तों बाद जिन्नी भी वह सिक्ख्या हासिल करदा सीगा वह कादे विच आउंदी सी, वह आउंदी सी ब्रह्माचारिया दे विच। सो उसे तरह ही वह जदों अपनी सिक्ख्या हासिल करके, ठीक है, अगे अपने वंश नूं अगे वधाउंदा और ठीक है समाज दे विच विचरदा, वह आ जांदा सी गृहस्थ जीवन दे विच। सो गृहस्थ जीवन तो अगे वह मूव करता सीगा बानप्रस दे विच। बानप्रस दे विच की हुंदा सीगा, बानप्रस दे विच उही चीज़ हुंदी सी जो उसने ब्रह्माचारिया दे विच सिखी हुंदी सीगी। ब्रह्माचारिया दे विच जिहड़ा उह ग्यान हासिल करदा बानप्रस दे विच आके की करदा उह उसे ग्यान नूं, ठीक है, लोकां दे विच वंडदा। सो इसे तरह ही अपना थर्ड आ जाता है बानप्रस्थ आश्रम। हुण इन्हां आश्रमां बारे आपां नूं, ठीक है, आपां पढ़ता लिया भी ये तीन आश्रम ने, पर इन्हां दा आपां नूं सबूत कित्थों मिलदा गा भी इन्हां तीन आश्रमां दी, ठीक है, आपां नूं कित्थों पता लगदा भी ये तीन आश्रम हैगे सी। ये पता लगता जी आप ज्वालो उपनिषद तो, यह भी ध्यान रखियो ज्वालो उपनिषद तो आप तीन आश्रम बारे पता लगता। सो उस तरह ही अगे आप, ठीक है, जिमें हूँ भी अपने की है गोत की अवधारणा है ना, आप अपने नाम के पिछे गोत लगा लें, पर यह गोत की अवधारणा की शुरुआत सी जो वह होंगी कितों आ गई। इन जो गोत की अवधारणा की शुरुआत सी वह होंगी है जी अपने को उत्तर वैदिक काल के। सो जो गोत की अवधारणा सी सब तो पहला ज़्यादा किन्ह सब तो पहला हैगी ब्राह्मणा दे। सो उन्हां दी रीस करदे ही अगे जो जातां सीगियां, ठीक है, वैश्या क्षत्री शूद्र, उन्होंने भी अगे गोत अपने रखने शुरू कर ले सीगे। सो इस तरह ही आपां देखदे हां कि अपने मनोरंजन का साधन की है। अपने मनोरंजन का साधन अपने मोबाइल ने है ना, स्मार्टफोन ने, अपने लैपटॉप ने, जां टीवी लगा लो, LCD लगा लो, पर इन्हां लोकां दे जो मनोरंजन के साधन सीगे वह की सीगे। इन्हां लोकां दे मनोरंजन के साधन हैगे सीगे रथ दौड़ ते घोड़ दौड़। ये दो प्रमुख इन्हां दे मनोरंजन के साधन सीगे जिन्हां राही ये लोग मनोरंजन करते सी। सो उस तरह ही आप देखते हाँ कि इस दे विच समाज दे विच जो इस्त्रियां दी हालत सीगी वह किस तरह की सीगी। आपां पूर्व काल दे विच देखिया कि जो इस्त्रियां दी हालत सी वह बहुत ज़्यादा चंगी सी, लोग वधिया नज़र नाल देखते सीगे, पर इत्थे आके की हुंदा गा, इत्थे आके जो इस्त्रियां दी हालत है उस दे विच की आ जाती है गिरावट आ जाती है, भाव कि वह डिक्रीज़ हो जाती है। सो आप देखते हैं कि डिक्रीज़ होने के पिछे कारण की सी, ठीक है, इस्त्रियों की हालत सी जो वह बुरी क्यों हुई, उसके पिछे कारण की सी, उसके पिछे कारण सीगे वो दो प्रमुख मने जाते हैं, परदा प्रथा सी, ठीक है, एक तो परदा प्रथा सी, एक सी अपनी दहेज प्रथा, जिस नाल जो इस्त्रियों की हालत सी वो की होगी डाउन होगी उत्तर पूर्व वैदिक काल नालों। सो उस तरह ही आपां नूं इस काल दे विच अठ विवाह दे बारे, अठ विवाह हुंदे ने जिहड़े इन्हां दे, उन्हां बारे चर्चा मिलदी है मनुस्मृति विच। मनुस्मृति की है, एक हिंदू बुक हैगी, ठीक है, इस बारे आपां अगे पढ़ांगे जिवें आपां नूं, ठीक है, मनुस्मृति बारे। सो इस दे विच अठ विवाह सीगे जो उस दे बारे आपां नूं देखण नूं मिलदा गा उत्तर वैदिक काल दे विच, पर इन्हां अठ विवाह दे विचों दो मुख विवाह ने जिहड़े वह पुछे जांदे नेगे। सो वह विवाह किहड़े नेगे, वह विवाह हैगे ने अनुलोम ते प्रतिलोम। हुण अनुलोम विवाह किहड़ा गा और प्रतिलोम विवाह किहड़ा गा ये आपां दसणा गा और पेपर दे विच आपां नूं पुछा जांदा गा। जिहड़ा अनुलोम विवाह गा इस दे विच जिहड़ा मुंडा सीगा वह उच्च वर्ग दा हुंदा सीगा, ठीक है, और कुड़ी सी जो वह की हुंदी सी निचले वर्ग दी हुंदी सीगी। सो उस तरह ही आपां प्रतिलोम दे विच देखदे हां जो प्रतिलोम विवाह सीगा इस दे विच की हुंदा सीगा, इस दे विच जो मुंडा सीगा वह निम्न वर्ग दा और जो कुड़ी सीगी वह उच्च वर्ग दी हुंदी सीगी। सो इस तरह ही आपां गल करदे हां इन्हां दी धार्मिक व्यवस्था दी। सो इन्हां लोकां दी धार्मिक व्यवस्था किस तरह दी सीगी, ये लोग किन्हां देवी देवतिआं नूं पूजदे सी। सो ये लोग भी देवी देवतिआं दे बहुत ज़्यादा शौकीन सी, उन्हां नूं पूजदे सीगे, जग भी करदे सी, कर्मकांड भी करदे सीगे, ठीक है। सो सब तो पहला क्वेश्चन अपने कोल इही आउंदा हैगा कि उत्तर वैदिक काल दे विच जो धर्म दा सरूप सीगा वह किस तरह दा सीगा। उत्तर वैदिक काल दे विच जो धर्म दा सरूप सीगा वह बहुदेववाद सीगा, ठीक है,
ਇਹ ਲੋਕ ਬਹੁਤ ਜ਼ਿਆਦਾ ਦੇਵੀ ਦੇਵਤਿਆਂ ਦੀ ਕੀ ਕਰਦੇ ਸੀ, ਪੂਜਾ ਕਰਦੇ ਸੀਗੇ। ਔਰ ਇੱਥੇ ਆ ਕੇ ਇੱਕ ਗੱਲ ਹੋਰ ਹੁੰਦੀ ਹੈ ਕਿ ਜੋ ਜੱਗ ਤੇ ਕਰਮ ਕਾਂਡ ਨੇ ਉਹਨਾਂ ਦੀ ਗਿਣਤੀ ਵਿੱਚ ਕੀ ਹੋ ਜਾਂਦਾ, ਵਾਧਾ ਹੋ ਜਾਂਦਾ, ਲੋਕ ਜ਼ਿਆਦਾ ਤੋਂ ਜ਼ਿਆਦਾ ਠੀਕ ਹੈ ਜੱਗ ਤੇ ਕਰਮ ਕਾਂਡ ਕਰਨੇ ਸ਼ੁਰੂ ਕਰ ਦਿੰਦੇ ਨੇਗੇ। ਸੋ ਉਸੇ ਤਰ੍ਹਾਂ ਹੀ ਇਹ ਲੋਕ ਜਿਹੜੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਉਹਨਾਂ ਦੇ ਵਿੱਚੋਂ ਜੋ ਪ੍ਰਮੁੱਖ ਦੇਵਤਾ ਸੀਗਾ ਠੀਕ ਹੈ, ਉਹ ਦੇਵਤਾ ਕਿਹੜਾ ਸੀਗਾ, ਉਹ ਦੇਵਤਾ ਹੈਗਾ ਸੀ ਜੀ ਪ੍ਰਜਾਪਤੀ। ਪ੍ਰਜਾਪਤੀ ਦੇਵਤਾ ਇਹਨਾਂ ਦਾ ਪ੍ਰਮੁੱਖ ਦੇਵਤਾ ਮੰਨਿਆ ਜਾਂਦਾ ਗਾ। ਔਰ ਇਸ ਨੂੰ ਇੱਕ ਹੋਰ ਨਾਮ ਨਾਲ ਵੀ ਪੁਕਾਰਿਆ ਜਾਂਦਾ ਗਾ, ਉਹ ਨਾਮ ਕਿਹੜਾ ਗਾ, ਇਸ ਨੂੰ ਸਿਰਜਣ ਦਾ ਦੇਵਤਾ ਵੀ ਆਖਿਆ ਜਾਂਦਾ। ਇਹ ਵੀ ਯਾਦ ਰੱਖਿਓ, ਇਸ ਨੂੰ ਸਿਰਜਣ ਦਾ ਦੇਵਤਾ ਵੀ ਆਖਿਆ ਜਾਂਦਾ। ਸੋ ਆਪਾਂ ਪੂਰਵ ਵੈਦਿਕ ਕਾਲ ਦੇ ਵਿੱਚ ਪੜ੍ਹਿਆ ਸੀਗਾ ਕਿ ਜੋ ਉਹਨਾਂ ਦਾ ਪ੍ਰਮੁੱਖ ਦੇਵਤਾ ਸੀਗਾ ਉਹ ਤਾਂ ਇੰਦਰ ਸੀ, ਪਰ ਇੱਥੇ ਆ ਕੇ ਉਲਟ ਹੁੰਦਾ ਗਾ। ਇੱਥੇ ਆ ਕੇ ਇਹ ਲੋਕ ਕੀ ਕਰ ਦਿੰਦੇ ਨੇਗੇ, ਆਪਣਾ ਪ੍ਰਜਾਪਤੀ ਨੂੰ ਆਪਣਾ ਪ੍ਰਮੁੱਖ ਦੇਵਤਾ ਮੰਨਦੇ ਨੇਗੇ। ਸੋ ਆਪਾਂ ਪੂਰਵ ਵੈਦਿਕ ਕਾਲ ਦੇ ਵਿੱਚ ਇੱਕ ਗੱਲ ਹੋਰ ਦੇਖੀ ਸੀ ਕਿ ਜੋ ਪੂਸ਼ਣ ਦੇਵਤਾ ਸੀ ਉੱਥੇ ਪਸ਼ੂਆਂ ਦਾ ਦੇਵਤਾ ਸੀ, ਪਰ ਇੱਥੇ ਆ ਕੇ ਕੀ ਹੁੰਦਾ ਗਾ, ਇੱਥੇ ਆ ਕੇ ਇਹ ਕੀ ਹੁੰਦਾ, ਇਹ ਸ਼ੂਦਰਾਂ ਦਾ ਦੇਵਤਾ ਬਣ ਜਾਂਦਾ ਗਾ, ਭਾਵ ਕਿ ਸ਼ੂਦਰ ਭੂਸ਼ਣ ਦੇਵਤਾ ਨੂੰ ਪੂਜਣ ਲੱਗ ਜਾਂਦੇ ਨੇਗੇ। ਸੋ ਉਸੇ ਤਰ੍ਹਾਂ ਹੀ ਆਪਾਂ ਅੱਗੇ ਦੇਖਦੇ ਹਾਂ ਕਿ ਜੋ ਵਰੁਣ ਦੇਵਤਾ ਗਾ ਉਹ ਕਿਸ ਚੀਜ਼ ਦਾ ਦੇਵਤਾ ਸੀਗਾ। ਜੋ ਵਰੁਣ ਦੇਵਤਾ ਸੀਗਾ ਉਹ ਸੀਗਾ ਜਲ ਦੇਵਤਾ ਠੀਕ ਹੈ। ਔਰ ਜੋ ਰੂਦਰ ਸੀਗਾ, ਔਰ ਰੂਦਰ ਨੂੰ ਇਹ ਲੋਕ ਪਸ਼ੂਆਂ ਦੇ ਦੇਵਤੇ ਵਜੋਂ ਪੂਜਦੇ ਸੀਗੇ ਤਾਂ ਕਿ ਉਹਨਾਂ ਦੇ ਪਸ਼ੂਆਂ ਦੀ ਠੀਕ ਹੈ ਬੁਰੀਆਂ ਬਲਾਵਾਂ ਤੋਂ ਕੀ ਹੋ ਜਾਏ, ਰੱਖਿਆ ਹੋ ਜਾਏ। ਇਸੇ ਕਰਕੇ ਉਹ ਲੋਕ ਕੀ ਕਰਦੇ ਸੀ, ਰੂਦਰ ਦੇਵਤਾ ਦੀ ਕੀ ਕਰਦੇ ਸੀ, ਪੂਜਾ ਕਰਦੇ ਸੀਗੇ। ਸੋ ਇਹ ਸੀ ਆਪਣੀ ਉੱਤਰ ਵੈਦਿਕ ਕਾਲ ਦੀ ਅੱਜ ਦੀ ਕਲਾਸ, ਜਿਸ ਦੇ ਵਿੱਚ ਆਪਾਂ ਆਰਥਿਕ, ਸਮਾਜਿਕ ਅਤੇ ਧਾਰਮਿਕ ਜੀਵਨ ਦੇ ਬਾਰੇ ਜਾਣਿਆ। ਸੋ ਇਸੇ ਤਰ੍ਹਾਂ ਹੀ ਆਪਾਂ ਮਿਲਦੇ ਹਾਂ ਆਪਣੀ ਨੈਕਸਟ ਕਲਾਸ ਦੇ ਵਿੱਚ। ਸੋ ਅੱਜ ਦੇ ਲਈ ਇੰਨਾ ਹੀ, ਧੰਨਵਾਦ।